ਜਾਂ ਢੱਕ ਢੁੱਕ ਕੇ ਰੱਖੋ ਤੁਸੀਂ ਕੀ ਹੈ ਸੜਕ ਸੈਂਪਲ ਮਹਿਕਮਾ ਕਿਸੇ ਨੂੰ ਹੱਥ ਨਾ ਲਾਈ ਕਿਸੇ ਨੂੰ ਹੱਥ ਨਹੀਂ ਲਾਉਣਾ ਲਾਈਟ ਜਗਾਉਂਦੇ ਨਹੀਂ ਅੱਧਾ ਲਾਈਟ ਜਗਾ ਰਿਹਾ ਸਵਾਸੀ ਰੱਖਦੇ ਬਾਈ ਇਹ ਬੋਰੀਆਂ ਖਾਲੀ ਸਰ ਕੋਈ ਨਹੀਂ ਇਹ ਕੀ ਮਿਰਚ ਮੁਰਚ ਪਾਈ ਆ ਹਾਂ ਬੋਰੀ ਨਾਲ ਲੱਗੀ ਹੋਈ ਤਾਂ ਉਹ ਵੀ ਮੁੜ ਗਈ ਪੱਖੇ ਨਾਲ ਇੱਧਰ ਲੈਟ ਜੋ ਬਦਲ ਦੋ ਜਗ੍ਹਾ ਯਾਰ ਲਾਈਟ ਜਗਾਉਂਦੇ ਨਹੀਂ ਥੱਕੇ ਥੁੱਕੇ ਕਿਵੇਂ ਪਏ ਇਹ ਕਿਵੇਂ ਥੱਕੇ ਕਿਵੇਂ ਪਏ ਸਾਰੇ ਅਭੀ ਪਾਏ ਸੀ ਨਾ ਬੋਰੀ ਇੱਥੇ ਖਾ ਰਹੇ ਨੇ ਤੇ ਇੱਥੇ ਸੋ ਰਹੇ ਨੇ ਤੇ ਇੱਥੇ ਟੋਇਲਟ ਹੈ ਥੱਲੇ 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 ਰੇ ਸਫਾਈ ਰੱਖੋ ਜੀ ਤੁਹਾਡੀ ਲਿਆ ਇੱਧਰ
ਕਦੋਂ ਆਏ ਕਦੋਂ ਨਹੀਂ। ਜਿਹੜਾ ਇਹ ਲਾਇਸੈਂਸ ਜਿਹੜਾ ਤੁਸੀਂ ਦਿਖਾ ਰਹੇ ਹੋ ਇਹ ਡੁਪਲੀਕੇਟ ਹੈ ਜਿਹੜਾ ਬਣਾਇਆ ਗਿਆ ਸਰ? ਜਿਹੜਾ ਲਾਇਸੈਂਸ ਉਹਦੀ ਗੱਲ ਕੀਤੀ ਜਾ ਰਹੀ ਹੈ ਉਹ ਫਰਜ਼ੀ ਕਿਹਾ ਜਾ ਰਿਹਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਸਰ ਆਪਾਂ ਪੇਮੈਂਟ ਪੂਰੀ ਦਿੱਤੀ ਸੀ, ਆਪਾਂ ਜੰਨਤ ਕੈਫੇ ਕੈਂਟ ਹੈਗਾ ਉਹਨਾਂ ਤੋਂ ਬਣਵਾਇਆ ਸੀ, ਉਹਨਾਂ ਨੇ ਉਹਨਾਂ ਨੂੰ ਡੇਟ ਐਡਿਟ ਕਰਕੇ ਸਾਨੂੰ ਦਿੱਤਾ, ਪੇਮੈਂਟ ਤੁਹਾਡੇ ਤੋਂ ਸਾਰੀ ਲੈ ਚੁੱਕੀ ਹੈ। ਜਦੋਂ ਹੁਣ ਉਹ ਫਰਜ਼ੀ ਪਾਇਆ ਜਾ ਰਿਹਾ ਜਿਹੜਾ ਲਾਇਸੈਂਸ ਹੈ ਤੁਹਾਡਾ, ਅਤੇ ਹੁਣ ਤੁਹਾਡੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਤੁਸੀਂ ਪਹਿਲੇ ਸੀ ਕੋਈ ਛਾਣਬੀਨ ਨਹੀਂ ਕੀਤੀ ਕਿ ਲਾਇਸੈਂਸ ਅਸਲੀ ਹੈ ਜਾਂ ਨਕਲੀ? ਸਰ ਆਪਾਂ ਹੁਣ ਆਪਣੇ ਕੋਲ ਇੱਕ ਸਿੰਪਲ ਡਰਾਈਵਿੰਗ ਲਾਇਸੈਂਸ ਵੀ ਆਉਂਦਾ ਸਰ, ਆਪਾਂ ਉਹਦੇ ਬਾਰੇ ਹੁਣ ਆਪਾਂ ਆਰ ਟੀ ਓ ਦੀ ਸਾਈਟ 'ਤੇ ਜਾ ਕੇ ਚੈੱਕ ਤਾਂ ਕਰਦੇ ਹਾਂ। ਅੱਜ ਤਾਂ ਸਾਰੇ ਲੋਕ ਪੜ੍ਹੇ ਲਿਖੇ, ਅੱਜ ਔਨਲਾਈਨ ਦਾ ਜ਼ਮਾਨਾ। ਸਰ ਮੇਰੇ ਕੋਲ 2 ਲਾਇਸੈਂਸ ਹੋਰ ਪਏ ਆ, ਉਹ ਜਿਹੜੇ ਮੈਂ ਖੁਦ ਬਣਵਾਏ ਆ ਸਰ, ਮੇਰੇ ਕੋਲ 2 ਲਾਇਸੈਂਸ ਹੋਰ ਬਣੇ ਪਏ ਆ, ਉਹ ਮੈਂ ਉਹ ਵੀ ਮੇਰੇ ਕੋਲ ਫੁੱਲ ਲਾਇਸੈਂਸ। ਕੀ ਨਾਮ ਹੈ ਤੁਹਾਡਾ? ਅਸੀਮ ਹੈ ਸਰ ਮੇਰਾ ਨਾਮ। ਤੁਸੀਂ ਇਹਨਾਂ ਦੇ ਅਨੋਨਿਮਸ ਪਰਸਨਲੀ ਸ਼ਿਕਾਇਤ ਕੀਤੀ ਸੀ ਇਹਨਾਂ ਦੀ ਦੁਕਾਨ ਦੇ ਅੰਦਰ ਅਨਹਾਜੈਨਿਕ ਸਮਾਨ ਪਿਆ ਹੋਇਆ, ਔਰ ਇਹਨਾਂ ਦਾ ਜਿਹੜਾ ਫੂਡ ਸੇਫਟੀ ਲਾਇਸੈਂਸ ਆ ਉਹ ਫਰਜ਼ੀ ਬਣਾਇਆ। ਆਫਟਰ ਜਦੋਂ ਇੰਸਪੈਕਸ਼ਨ ਕੀਤੀ ਗਈ, ਚੈੱਕ ਕੀਤਾ ਗਿਆ ਅਤੇ ਵਾਕਿਆ ਅਤੇ ਉਹ ਇਹਨਾਂ ਦਾ ਲਾਇਸੈਂਸ ਕਿਸੇ ਟਰਾਂਸਪੋਰਟ ਦੇ ਨਾਂ 'ਤੇ ਬਣਿਆ ਹੋਇਆ, ਉਹ ਵੀ 2021 ਦਾ। ਹੋਰ ਇੱਥੇ ਕੀ ਬਰਾਮਦ ਹੋਇਆ ਇਹਨਾਂ ਦੇ ਵਿੱਚ, ਕਿਹੜੀ ਕਮੀਆਂ ਪਾਈਆਂ ਗਈਆਂ? ਕਮੀਆਂ ਹੈ ਕਿਸੇ ਦੀ ਹਾਈਜੈਨਿਕ ਹੈ ਨਹੀਂ, ਕੋਈ ਕਿਸੇ ਨੇ ਜ਼ਮੀਨ ਜਿੱਥੇ ਬਣਾਈ ਜਾਂਦੀ ਉੱਥੇ ਲੇਟੀ ਜਾਂਦੇ, ਉੱਥੇ ਹੱਡੀ ਜਾਂਦੇ, ਉੱਥੇ ਸਮਾਨ ਜਿਹੜਾ ਪਿਆ ਉਹਦੇ ਚੀਲੇ ਪਏ। ਇਹ ਕੀ ਨਾਮ ਹੈ ਦੁਕਾਨ ਦਾ ਜਿੱਥੇ ਰੇਡ ਕੀਤੀ ਗਈ ਹੈ, ਕਿਹੜੇ ਹੈਗੇ ਆ ਇਹ, ਕਿਹੜੀ ਜਗ੍ਹਾ 'ਤੇ ਹੈ? ਸਿਟੀ ਦੇ ਵਿੱਚ ਹੈਗੇ ਆ, ਕੋਈ ਪੂੜੀਆਂ ਵਾਲੇ ਨੇ ਸ਼ਾਇਦ। ਲਕਸ਼ਮਣ ਪੂੜੀਆਂ ਵਾਲੇ ਜੀ। ਅਤੇ ਇਹਨਾਂ 'ਤੇ ਹੁਣ ਜਿਹੜੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਇਹਨਾਂ ਤਾਂ ਅਸੀਂ ਅਨਾਜ ਦੀ ਚਲਾਨ ਕੱਟਾਂਗੇ ਜੀ, ਅਤੇ ਇਹਦੇ ਸੈਂਪਲ ਹੀ ਹੋਏਗੀ।